ਇੰਟਰਨੈਸ਼ਨਲ ਕਲੱਬ ਦੇ ਵੱਲੋਂ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਵਡਮੁੱਲਾ ਯੋਗਦਾਨ ਪਾ ਰਹੇ ਹਾਂ ਅਸੀਂ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹਾਂ ਸਮਾਜ ਸੇਵਾ ਦਾ, ਔਰ ਲੋਕਾਂ ਨੂੰ ਸੇਧ ਦੇ ਰਹੇ ਹਾਂ ਵੱਖ ਵੱਖ ਵਿਸ਼ਿਆਂ ਦੇ ਸੰਬੰਧੀ। ਅੱਜ ਇਸੇ ਲੜੀ ਦੇ ਤਹਿਤ ਅਸੀਂ ਇੱਕ ਸਰਕਾਰੀ ਸਕੂਲ ਜਿਹੜਾ ਹੈ, ਅਸੀਂ ਉੱਥੇ ਬੱਚਿਆਂ ਨੂੰ ਜਿਹੜਾ ਦੰਦਾਂ ਦੀ ਸਾਫ਼ ਸਫਾਈ ਅਤੇ ਸੰਭਾਲ ਪ੍ਰਤੀ ਜਿੱਥੇ ਜਾਗਰੂਕ ਕੀਤਾ, ਉੱਥੇ ਹਰ ਬੱਚੇ ਨੂੰ ਇੱਕ ਟੁੱਥਪੇਸਟ ਅਤੇ ਬ੍ਰੱਸ਼ ਜਿਹੜਾ ਹੈ ਉਹ ਤਕਸੀਮ ਕੀਤਾ, ਤਾਂ ਕਿ ਬੱਚਿਆਂ ਨੂੰ ਜਿਹੜਾ ਹਾਈਜੀਨਿਕ ਸੰਬੰਧੀ ਆਦਤਾਂ ਪੈਣ, ਉਹ ਆਪਦੀ ਨਿੱਜੀ ਸਾਫ਼ ਸਫਾਈ ਪ੍ਰਤੀ ਥੋੜ੍ਹੇ ਸੁਚੇਤ ਹੋਣ, ਕਿਉਂਕਿ ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਆ ਉਹਨਾਂ ਦਾ ਪੱਧਰ ਹੁਣ ਬਹੁਤ ਵਧੀਆ ਉੱਚਾ ਹੋ ਚੁੱਕਿਆ ਹੈ, ਪਰ ਫਿਰ ਵੀ ਸਮਾਜ ਸੇਵਾ ਜਿਹੜੀਆਂ ਸੰਸਥਾਵਾਂ ਹੈ ਉਹਨਾਂ ਨੂੰ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਹੈ। ਤਾਂ ਅਸੀਂ ਕਾਫੀ ਸਕੂਲਾਂ ਦੇ ਵਿੱਚ ਜਾ ਕੇ ਇਹੋ ਜਿਹਾ ਉਪਰਾਲਾ ਕਰ ਰਹੇ ਹਾਂ। ਸਾਡੀ ਸਮਾਈਲਿੰਗ ਫੇਸ ਇੰਟਰਨੈਸ਼ਨਲ ਦੀ ਅੱਜ ਪੂਰੀ ਟੀਮ, ਸਾਡੇ ਮੈਂਬਰ ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ, ਸਮਾਂ ਕੱਢਿਆ ਔਰ ਆਪਣਾ ਯੋਗਦਾਨ ਦੇ ਰਿਹਾ ਸਮਾਜ ਸੇਵਾ ਦੇ ਖੇਤਰ ਦੇ ਵਿੱਚ, ਕਿਉਂਕਿ ਦੇਖੋ ਸਾਰੇ ਬੰਦੇ ਸਮਾਈਲਿੰਗ ਫੇਸ ਕਲੱਬ ਬਣਿਆ। ਇਹ ਪਹਿਲੇ ਚੱਲ ਰਿਹਾ ਸੀਗਾ ਜੀ ਵੂਮੈਨ ਵਿੰਗ, ਇਸ ਵਾਰੀ ਅਸੀਂ ਸ਼ੁਰੂ ਕੀਤੀ ਹੈ ਔਰ ਵੂਮੈਨ ਵਿੰਗ ਔਰ ਇਹ ਸਭ ਮਿਲ ਕੇ ਅਸੀਂ ਬਹੁਤ ਸਾਰੇ ਸਿਹਤ ਸੰਬੰਧੀ ਪ੍ਰੋਜੈਕਟ ਕਰ ਰਹੇ ਹਾਂ। ਅੱਜ ਅਸੀਂ ਬੇਸਿਕ ਸਰਕਾਰੀ ਬੇਸਿਕ ਸਕੂਲ 'ਚ ਆਏ ਹੋਏ ਹਾਂ, ਬੱਚਿਆਂ ਨੂੰ ਟੁੱਥਬਰੱਸ਼ ਅਤੇ ਪੇਸਟਾਂ ਦੇਣ। ਇਸ ਤੋਂ ਪਹਿਲੇ ਕੌਂਸਲ ਮਿਊਨਸੀਪਲ ਕੌਂਸਲ ਦੇ ਸਕੂਲ 'ਚ ਵੀ ਵੰਡ ਚੁੱਕੇ ਹਾਂ, ਮੱਲਾ ਕੋਖਰਾਂ 'ਚ ਵੀ ਵੰਡ ਚੁੱਕੇ ਹਾਂ। ਇਹ ਤੀਸਰਾ ਸਕੂਲ ਸੀ ਜਿੱਥੇ ਅਸੀਂ ਬੱਚਿਆਂ ਨੂੰ ਟੁੱਥਬਰੱਸ਼ ਪੇਸਟਾਂ ਵੰਡੀਆਂ ਔਰ ਸਾਡੇ ਅਸੀਂ ਸਭ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਲੈ ਕੇ ਕੰਮ ਕਰਨਾ ਚਾਹ ਰਹੇ ਹਾਂ ਔਰ ਅਸੀਂ ਸੋਚ ਰਹੇ ਹਾਂ ਕਿ ਆਉਣ ਵਾਲੇ ਟਾਈਮ 'ਚ ਇੱਦਾਂ ਦੇ ਪ੍ਰੋਜੈਕਟ ਕਰਦੇ ਰਹਾਂਗੇ, ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕਤਾ ਦਿੰਦੇ ਰਹਾਂਗੇ। ਥੈਂਕ ਯੂ। ਕਿਸ ਤਰ੍ਹਾਂ ਦੇ ਕੈਂਪਸ ਲਗਾਉਂਦੇ ਰਹਿੰਦੇ ਹੋ, ਜਿਸ ਤਰ੍ਹਾਂ ਅੱਜ ਬੱਚਿਆਂ ਨੂੰ